ਇਹਦਾ ਸੈਂਟਰ ਕੱਢ ਲਿਆ। ਸੈਂਟਰ ਦੇ ਵਿੱਚ ਅਸੀਂ ਪੋਕਿਟ ਨੂੰ ਸਾਈਡ ਕਰਕੇ ਸਿਲਾਈ ਅਟੈਚ ਕਰ ਲਿਆ ਹੈ। ਹੁਣ ਅਸੀਂ ਇਹਨੂੰ ਤੁਸੀਂ ਪਿੰਨ ਅਪ ਵੀ ਕਰ ਸਕਦੇ ਹੋ, ਨਹੀਂ ਤੇ ਇੱਥੇ ਸਾਈਡ ਤੇ ਸਿਲਾਈ ਲਗਾ ਕੇ ਤੁਸੀਂ ਸਾਰੀ ਪੋਕਿਟ ਨੂੰ ਅਟੈਚ ਕਰ ਸਕਦੇ ਹੋ। ਤੇ ਹੁਣ ਮੈਂ ਤੁਹਾਨੂੰ ਪੋਕਿਟ ਨੂੰ ਅਟੈਚ ਕਰਨ ਦਾ ਜਿਹੜਾ ਮੈਥਡ ਹੈ ਉਹ ਦੱਸ ਰਹੀ ਹਾਂ ਸਿਲਾਈ ਦੇ ਨਾਲ। ਪਹਿਲਾਂ ਕਿਨਾਰੇ ਤੋਂ ਸਿਲਾਈ ਨੂੰ ਤੁਸੀਂ ਪੱਕਾ ਕਰ ਲੈਣਾ, ਉਸ ਤੋਂ ਬਾਅਦ ਤੁਸੀਂ ਸਾਰੇ ਹਿੱਸੇ 'ਚ ਚਾਰ ਚੁਫੇਰੇ ਪੋਕਿਟ ਦੇ ਸਿਲਾਈ ਲਗਾਉਂਦੇ ਹੋਇਆ ਤੁਸੀਂ ਪੋਕਿਟ ਨੂੰ ਜਿਹੜਾ ਹੈ ਉਹਨੂੰ ਪੂਰੀ ਤਰ੍ਹਾਂ ਅਟੈਚ ਕਰ ਲੈਣਾ। ਇਹ ਦੇਖੋ ਇਸ ਤਰ੍ਹਾਂ ਸਾਡੀ ਜਿਹੜੀ ਪੋਕਿਟ ਹੈ ਕੁੜਤੇ ਦੇ ਨਾਲ ਜਿਹੜੀ ਅਟੈਚ ਹੋ ਗਈ। ਹੁਣ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੀ ਹਾਂ ਕਿ ਲੱਗੀ ਹੋਈ ਪੋਕਿਟ ਕਿਸ ਤਰ੍ਹਾਂ ਦੀ ਲੱਗਦੀ ਹੈ। ਇਹ ਸਾਡੀ ਪੋਕਿਟ ਲੱਗਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਸ਼ੇਪ ਦੇ ਵਿੱਚ ਆਉਂਦੀ ਹੈ। ਇਹਨੂੰ ਤੁਸੀਂ ਢੱਕਣ ਵਾਲੀ ਪੋਕਿਟ ਜਿਹਨੂੰ ਅਸੀਂ ਫਲੈਪ ਪੋਕਿਟ ਵੀ ਕਹਿ ਦਿੰਦੇ ਹਾਂ ਉਹ ਵੀ ਬਣਾ ਸਕਦੇ ਹੋ। ਔਰ ਇਹ ਜਿਹੜੀ ਨੀਚੇ ਤੋਂ ਅਸੀਂ ਇਹਦੀ ਕਾਰਨਰ ਬਣਾਈ ਹੈ, ਕਾਰਨਰ ਨੂੰ ਛੱਡ ਕੇ ਤੁਸੀਂ ਸਿੱਧੀ ਪੋਕਿਟ ਵੀ ਬਣਾ ਸਕਦੇ ਹੋ, ਚੌਰਸ ਜਿਹਨੂੰ ਅਸੀਂ ਪੈਚ ਪੋਕਿਟ ਵੀ ਕਹਿੰਦੇ ਹਾਂ। ਹੁਣ ਪੋਕਿਟ ਵੀ ਤੁਸੀਂ ਸਿੱਖ ਲਈ, ਬਾਹਾਂ ਵੀ ਸਿੱਖ ਲਈਆਂ ਔਰ ਫੱਟੀ ਵੀ ਤੁਸੀਂ ਸਿੱਖ ਲਈ। ਹੁਣ ਅਸੀਂ ਘੇਰੇ ਨੂੰ ਉਲੇੜਨਾ ਹੈ। ਘੇਰੇ ਨੂੰ ਉਲੇੜਨ ਤੋਂ ਬਾਅਦ ਅਸੀਂ ਕਾਲਰ ਤਿਆਰ ਕਰਾਂਗੇ। ਹੁਣ ਅਸੀਂ ਘੇਰੇ ਨੂੰ ਉਲੇੜਨਾ ਹੈ ਤੇ ਇਹ ਧਿਆਨ ਰੱਖਣਾ ਹੈ ਕਿ ਘੇਰਾ ਸਾਡਾ ਗੁਲਾਈ ਦੇ ਵਿੱਚ ਹੈ ਤੇ ਇਸ ਕਰਕੇ ਇਹਨੂੰ ਬਿਲਕੁਲ ਅਸੀਂ ਬਰੀਕ ਬਰੀਕ ਉਲੇੜਨਾ ਹੈ। ਬਰੀਕ ਬਰੀਕ ਉਲੇੜਦਿਆਂ ਹੋਇਆ ਅਸੀਂ ਜਿਹੜਾ ਸਾਰਾ ਘੇਰੇ ਨੂੰ ਕੰਪਲੀਟ ਕਰ ਦੇਣਾ ਤਾਂ ਕਿ ਜਿਹੜੀ ਇਹਦੀ ਫਿਨਿਸ਼ਿੰਗ ਜਿਹੜੀ ਹੈ ਉਹ ਬਰਕਰਾਰ ਰਹੇ। ਮੈਂ ਤੁਹਾਨੂੰ ਸਟਾਰਟਿੰਗ ਕਰਕੇ ਦੱਸਦੀ ਹਾਂ ਕਿ ਘੇਰੇ ਨੂੰ ਕਿਸ ਤਰ੍ਹਾਂ ਉਲੇੜਨਾ। ਇਹ ਦੇਖੋ ਬਿਲਕੁਲ ਬਰੀਕ ਫੋਲਡ ਕੀਤਾ, ਜਾਂ ਫਿਰ ਤੁਸੀਂ ਇਹਨੂੰ ਪਹਿਲੇ ਸਿੰਗਲ ਫੋਲਡ ਵੀ ਕਰ ਸਕਦੇ ਹੋ। ਸਿੰਗਲ ਫੋਲਡ ਕਰਕੇ ਤੁਸੀਂ ਦੂਸਰਾ ਫੋਲਡ ਵੀ ਕਰ ਸਕਦੇ ਹੋ। ਇਹ ਦੇਖੋ ਤੁਸੀਂ ਬਰੀਕ ਬਰੀਕ ਉਲੇੜਦੇ ਹੋਏ ਅਸੀਂ ਐਂਡ ਤੱਕ ਸਾਰਾ ਘੇਰੇ ਨੂੰ ਇਸ ਤਰ੍ਹਾਂ ਹੀ ਉਲੇੜਦਿਆਂ ਹੋਇਆ ਕੰਪਲੀਟ ਕਰ ਦੇਣਾ। ਇਹ ਦੇਖੋ ਗੁਲਾਈ ਦੇ ਵੱਲੋਂ ਵੀ ਅਸੀਂ ਬਣਾਉਂਦੇ ਹੋਏ ਇਸ ਤਰ੍ਹਾਂ ਹੀ ਪੂਰੀ ਜਿਹੜੀ ਅਸੀਂ ਕੰਪਲੀਟ ਕਰ ਦੇਣੀ ਹੈ। ਇਹ ਦੇਖੋ ਅਸੀਂ ਹੁਣ ਪੂਰਾ ਘੇਰਾ ਜਿਹੜਾ ਦੋਨੋਂ ਸਾਈਡਾਂ ਦੇ ਜਿਹੜੇ ਘੇਰਿਆਂ ਨੂੰ ਬਰੀਕ ਬਰੀਕ ਉਲੇੜ ਲਿਆ ਚੰਗੀ ਤਰ੍ਹਾਂ। ਇਹ ਮੈਂ ਤੁਹਾਨੂੰ ਸਾਰਾ ਦਿਖਾ ਰਹੀ ਹਾਂ ਕਿ ਪੂਰਾ ਘੇਰਾ ਅਸੀਂ ਉਲੇੜ ਲਿਆ ਦੋਨੋਂ ਸਾਈਡਾਂ ਦੇ ਘੇਰੇ ਜਿਹੜੇ ਬਿਲਕੁਲ ਬਰੀਕ ਬਰੀਕ ਅਸੀਂ ਸਫਾਈ ਦੇ ਨਾਲ ਉਲੇੜਨੇ ਆ। ਹੁਣ ਅਸੀਂ ਤਿਆਰ ਕਰਦੇ ਹਾਂ ਕਿ ਕਾਲਰ ਕਿਸ ਤਰ੍ਹਾਂ ਤਿਆਰ ਕਰਨਾ ਹੈ। ਆਓ ਹੁਣ ਅਸੀਂ ਕਾਲਰ ਸਿੱਖਦੇ ਹਾਂ। ਕਾਲਰ ਬਣਾਉਣ ਲਈ ਅਸੀਂ ਪਹਿਲੇ ਕਾਲਰ ਨੂੰ ਪ੍ਰੈਸ ਦੀ ਸਹਾਇਤਾ ਦੇ ਨਾਲ ਕੱਪੜੇ ਦੇ ਉੱਪਰ ਅਟੈਚ ਕਰ ਲਿਆ। ਹੁਣ ਜਿਸ ਤਰ੍ਹਾਂ ਅਸੀਂ ਕਫ ਤਿਆਰ ਕੀਤਾ ਸੀ ਉਸੇ ਹੀ ਤਰ੍ਹਾਂ ਅਸੀਂ ਜਿਹੜਾ ਇਹ ਕਾਲਰ ਨੂੰ ਤਿਆਰ ਕਰਨਾ ਹੈ। ਇਹਦੀ ਸਾਈਡ ਤੋਂ ਅਸੀਂ ਸਿਲਾਈਆਂ ਲਗਾਉਂਦੇ ਹੋਏ ਇਹਦੇ ਨਾਲ ਨਾਲ ਅਸੀਂ ਸਿਲਾਈ ਲਗਾਉਂਦੇ ਹੋਏ ਕਾਲਰ ਨੂੰ ਤਿਆਰ ਕਰਨਾ ਹੈ। ਇਹ ਦੇਖੋ ਸਿਲਾਈ ਦੇ ਨਾਲ ਅਸੀਂ ਅਟੈਚ ਕਰ ਲਿਆ। ਹੁਣ ਅਸੀਂ ਜਿਹੜਾ ਐਕਸਟਰਾ ਕੱਪੜਾ ਇਹਦੀ ਕਟਿੰਗ ਜਿਹੜੀ ਹੈ ਉਹ ਸਾਈਡ ਤੋਂ ਕਰ ਲੈਣੀ ਹੈ ਤਾਂ ਕਿ ਜਦੋਂ ਅਸੀਂ ਕਾਲਰ ਨੂੰ ਪਲਟਾਉਣਾ ਹੈ ਉਹ ਸਾਡੇ ਵਿੱਚ ਮੋਟਾ ਮੋਟਾ ਜਾਂ ਜ਼ਿਆਦਾ ਹੈਵੀਨੈਸ ਨਾ ਆ ਜਾਏ ਜਾਂ ਕੋਈ ਵੱਟ ਜਾਂ ਭੁੰਗ ਜਿਹੜੇ ਇਸ ਤਰ੍ਹਾਂ ਦੇ ਕੋਈ ਵੀ ਨਾ ਪੈਣ। ਇਸ ਤਰ੍ਹਾਂ ਸਾਈਡਾਂ ਤੋਂ ਸਾਰਾ ਐਕਸਟਰਾ ਕੱਪੜਾ ਕੱਟ ਲੈਣਾ। ਔਰ ਕੱਪੜੇ ਕੱਟਦੇ ਇਹ ਧਿਆਨ ਰੱਖਣਾ ਕਿ ਜਿਹੜੀ ਅਸੀਂ ਸਿਲਾਈ ਲਗਾਈ ਹੈ ਸਾਡੀ ਉਹ ਨਾ ਕਟਿੰਗ ਹੋ ਜਾਏ ਕਿਉਂਕਿ ਫਿਰ ਸਾਰਾ ਕਾਲਰ ਜਿਹੜਾ ਵਿੱਚੋਂ ਦੀ ਨਿਕਲ ਜਾਏਗਾ। ਹੁਣ ਅਸੀਂ ਕਾਲਰ ਨੂੰ ਪਲਟਾਉਣਾ ਹੈ। ਦੇਖੋ ਕਾਲਰ ਨੂੰ ਪਲਟਾਉਂਦਿਆਂ ਹੋਇਆ ਅਸੀਂ ਬਿਲਕੁਲ ਸਿੱਧਾ ਕਰ ਲੈਣਾ ਹੈ। ਇਸ ਤੋਂ ਅਸੀਂ ਜਿਹੜੀ ਇਹਦੀ ਕਾਰਨਰ ਹੈ ਜਿਹੜੀ ਨੁੱਕਰ ਹੈ ਉਹਨੂੰ ਚੰਗੀ ਤਰ੍ਹਾਂ ਜਿਹੜੀ ਅਸੀਂ ਸਪੂਲ ਪਿੰਨ ਦੀ ਸਹਾਇਤਾ ਨਾਲ ਜਾਂ ਨੀਡਲ ਦੇ ਨਾਲ ਅਸੀਂ ਇਹਦੀ ਕਾਰਨਰ ਨੂੰ ਜਿਹੜੇ ਚੰਗੀ ਤਰ੍ਹਾਂ ਬਾਹਰ ਨਿਕਾਲ ਲੈਣਾ ਤਾਂ ਕਿ ਇਹਦੇ ਕਾਰਨਰ ਜਿਹੜੇ ਬਿਲਕੁਲ ਸਹੀ ਤਰੀਕੇ ਦੇ ਨਾਲ ਆ ਜਾਣ। ਹੁਣ ਦੇਖੋ ਆ ਕਾਲਰ ਸਾਡਾ ਜਿਹੜਾ ਬਣ ਕੇ ਰੈਡੀ ਹੋ ਗਿਆ। ਹੁਣ ਅਸੀਂ ਇਹਦੇ 'ਤੇ ਫਿਨਿਸ਼ਿੰਗ ਦੀ ਸਿਲਾਈ ਲਗਾਉਣੀ ਹੈ ਪੈਰ ਪੈਰ ਦੀ। ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੈ ਇਹਨੂੰ ਬੈਨ ਦੇ ਨਾਲ ਅਟੈਚ ਕਰਨਾ ਹੈ। ਇਹ ਦੇਖੋ ਹੁਣ ਮੈਂ ਕਾਲਰ ਨੂੰ ਫਿਨਿਸ਼ਿੰਗ ਦੀ ਕਿਨਾਰੇ ਕਿਨਾਰੇ 'ਤੇ ਪੈਰ ਪੈਰ ਦੀ ਸਿਲਾਈ ਲਗਾ ਰਹੀ ਹਾਂ ਤਾਂ ਕਿ ਸਾਰਾ ਕਾਲਰ ਜਿਹੜਾ ਸਾਡਾ ਵਧੀਆ ਤਰੀਕੇ ਨਾਲ ਫਿਨਿਸ਼ ਹੋ ਜਾਏ। ਅਤੇ ਨਾਲ ਨਾਲ ਹੀ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਮੇਰੀ ਵੀਡੀਓ ਨੂੰ ਜਿਹੜਾ ਹੈ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਬੈੱਲ ਆਈਕੋਨ ਦਾ ਬਟਨ ਦਬਾਉਣਾ
ਤਾਂ ਕਿ ITI ਜਿਹੜੀ ਪ੍ਰੈਕਟੀਕਲ ਸਕਿੱਲ ਦੇ ਉੱਪਰ ਜਿੰਨੀਆਂ ਵੀ ਵੀਡੀਓ ਅਪਲੋਡ ਹੋ ਰਹੀਆਂ ਹੈ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਨਾਲ ਨਾਲ ਹੀ ਮਿਲਦਾ ਰਹੇ। ਐਕਸਟਰਾ ਜਿੰਨਾ ਵੀ ਕੱਪੜਾ ਹੈ ਕਾਲਰ ਦੇ ਨੀਚੇ ਸਾਰਾ ਅਸੀਂ ਕਟਿੰਗ ਕਰ ਲੈਣੀ ਹੈ। ਇਹ ਤੁਹਾਨੂੰ ਮੈਂ ਕੱਟ ਕੇ ਦੱਸ ਰਹੀ ਹਾਂ। ਇਹ ਕੱਟਣ ਤੋਂ ਬਾਅਦ ਜਿਹੜਾ ਸਾਡਾ ਕਾਲਰ ਇਸ ਤਰ੍ਹਾਂ ਜਿਹੜਾ ਹੈ ਉਹ ਰੈਡੀ ਹੋ ਜਾਏਗਾ। ਹੁਣ ਇਹਦੇ ਨਾਲ ਅਸੀਂ ਇਹਦਾ ਸੈਂਟਰ 'ਚ ਹਾਫ ਕਰਕੇ ਕੱਟ ਲਗਾ ਦੇਣਾ ਹੈ ਅਤੇ ਇਹਦੇ ਨਾਲ ਹੀ ਅਸੀਂ ਜਿਹੜਾ ਹੈ ਬੈਨ ਨੂੰ ਅਟੈਚ ਕਰਨਾ ਹੈ ਤਾਂ ਕਿ ਸਾਡਾ ਪੂਰਾ ਕਾਲਰ ਰੈਡੀ ਹੋ ਜਾਏਗਾ। ਔਰ ਮੈਂ ਤੁਹਾਨੂੰ ਬੜੇ ਹੀ ਵਧੀਆ ਔਰ ਸਰਲ ਤਰੀਕੇ ਦੇ ਨਾਲ ਜਿਹੜਾ ਬੈਨ ਔਰ ਕਾਲਰ ਬਣਾਉਣ ਦਾ ਜਿਹੜਾ ਉਹ ਮੈਥਡ ਦੱਸ ਰਹੀ ਹਾਂ। ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਮੈਥਡ ਦੇ ਨਾਲ ਜਿਹੜਾ ਕੁੜਤਾ ਸਟਿੱਚ ਕਰਨ ਦਾ ਜਿਹੜਾ ਪੈਟਰਨ ਹੈ ਪੂਰੀ ਤਰ੍ਹਾਂ ਪਤਾ ਲੱਗੇਗਾ। ਹੁਣ ਨਾਲ ਹੀ ਅਸੀਂ ਬੈਨ ਨੂੰ ਅਟੈਚ ਕਰਨਾ ਹੈ। ਬੈਨ ਨੂੰ ਅਟੈਚ ਕਰਨ ਲਈ ਵੀ ਦੇਖੋ ਬੈਨ ਨੂੰ ਮੈਂ ਨਾਲ ਇਹਦੇ ਅਟੈਚ ਕਰ ਲਿਆ ਕੱਪੜੇ ਦੇ ਨਾਲ। ਹੁਣ ਇਹ ਦੋ ਹਿੱਸਿਆਂ ਦੇ ਵਿੱਚ ਜਿਹੜਾ ਸਾਂਝਾ ਕੱਪੜਾ ਇਹਨੂੰ ਕੱਟ ਕੇ ਅਸੀਂ ਅਲੱਗ ਤੋਂ ਕਰ ਲੈਣਾ ਹੈ ਕਿਉਂਕਿ ਕਾਲਰ ਔਰ ਬੈਨ ਵਾਲਾ ਕੱਪੜਾ ਜਿਹੜਾ ਇੱਕ ਨੀਚੇ ਇੱਕ ਉੱਪਰ ਰੱਖ ਕੇ ਫਿਰ ਹੀ ਅਸੀਂ ਕਾਲਰ ਬੈਨ ਨੂੰ ਤਿਆਰ ਕਰਨਾ ਹੈ। ਹੁਣ ਇਹ ਕੱਪੜੇ ਨੂੰ ਅਲੱਗ ਕਰਕੇ ਦੱਸ ਰਹੀ ਹਾਂ। ਹੁਣ ਅਸੀਂ ਕਾਲਰ ਦੇ ਨਾਲ ਬੈਨ ਅਟੈਚ ਕਰਨ ਲਾ ਹੈ। ਬੈਨ ਦਾ ਵੀ ਮੈਂ ਸੈਂਟਰ 'ਚ ਕੱਟ ਲਗਾਇਆ, ਕਾਲਰ ਦਾ ਵੀ ਸੈਂਟਰ 'ਚ ਕੱਟ ਲਗਾਇਆ ਔਰ ਬੈਨ ਦੇ ਨਾਲ ਇੱਕ ਜਿਹੜਾ ਹੋਰ ਐਕਸਟਰਾ ਕੱਪੜਾ ਹੈ ਉਹਦੇ ਵੀ ਸੈਂਟਰ 'ਚ ਕੱਟ ਲਗਾਇਆ। ਹੁਣ ਸਭ ਤੋਂ ਨੀਚੇ ਪਲੇਨ ਕੱਪੜਾ, ਉਸ ਤੋਂ ਬਾਅਦ ਜਿਹੜਾ ਅਸੀਂ ਕਾਲਰ ਤਿਆਰ ਕੀਤਾ ਹੈ ਉਸੇ ਕੱਟ ਦੇ ਨਾਲ ਮਿਲਾਉਂਦੇ ਹੋਏ ਸੈਂਟਰ ਦੇ ਵਿੱਚ ਕਾਲਰ ਰੱਖਣਾ ਹੈ। ਉਸ ਤੋਂ ਬਾਅਦ ਬੈਨ ਵਾਲਾ ਕੱਪੜਾ ਰੱਖਣਾ ਹੈ, ਜਿਹਦੇ ਉੱਤੇ ਬੈਨ ਲੱਗਾ ਹੋਇਆ ਹੈ ਉਹ ਹਿੱਸਾ ਹੀ ਉੱਪਰ ਰੱਖਣਾ ਹੈ। ਜਦੋਂ ਅਸੀਂ ਇਹਨੂੰ ਉਲਟਾਵਾਂਗੇ ਤਾਂ ਉਹ ਆਪਣੇ ਆਪ ਹੀ ਜਿਹੜਾ ਹੈ ਨੀਚੇ ਵਿੱਚ ਕਵਰ ਹੋ ਜਾਏਗਾ। ਹੁਣ ਅਸੀਂ ਇਹਨੂੰ ਲਗਾਉਂਦੇ ਹੋਏ ਇੱਥੋਂ ਸਿਲਾਈਆਂ ਤੋਂ ਲਗਾਉਂਦੇ ਹੋਏ ਪੂਰੀ ਤਰ੍ਹਾਂ ਅਸੀਂ ਇਹਨੂੰ ਜਿਹੜਾ ਅਟੈਚ ਕਰ ਲੈਣਾ ਹੈ ਬੈਨ ਔਰ ਕਾਲਰ ਨੂੰ। ਹੁਣ ਇਹ ਦੇਖੋ ਸਟਾਰਟਿੰਗ ਬੈਨ ਦੀ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਸਟਿਚਿੰਗ। ਇੱਥੋਂ ਸ਼ੁਰੂ ਕਰਦੇ ਹੋਏ ਤੁਸੀਂ ਪੂਰਾ ਬੈਨ ਨੂੰ ਅਟੈਚ ਕਰ ਦੇਣਾ ਕਾਲਰ ਦੇ ਨਾਲ। ਇਹ ਦੇਖੋ ਹੁਣ ਮੈਂ ਬੈਨ ਨੂੰ ਪੂਰੀ ਸਿਲਾਈ ਲਗਾ ਕੇ ਸਾਰਾ ਅਟੈਚ ਕਰ ਲਿਆ। ਹੁਣ ਜਦੋਂ ਇਹਨੂੰ ਅਸੀਂ ਪਲਟਾਵਾਂਗੇ ਤਾਂ ਤੁਸੀਂ ਦੇਖੋਗੇ ਕਾਲਰ ਔਰ ਬੈਨ ਜਿਹੜਾ ਅਸੀਂ ਕੁੜਤੇ ਦੇ ਨਾਲ ਲਗਾਉਣਾ ਹੈ ਉਹ ਸਾਡਾ ਬਣ ਕੇ ਤਿਆਰ ਹੋ ਜਾਏਗਾ। ਔਰ ਕੋਰਨਰ ਜਿਹੜੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇਹਨੂੰ ਸਪੂਲ ਪਿੰਨ ਦੀ ਸਹਾਇਤਾ ਦੇ ਨਾਲ ਬੈਨ ਦਾ ਕੋਲ ਜਿਹੜਾ ਤੁਸੀਂ ਉਹ ਵੀ ਬਾਹਰ ਨਿਕਾਲ ਲੈਣਾ ਔਰ ਜਾਂ ਸੂਈ ਦੀ ਨੋਕ ਦੇ ਨਾਲ ਤੁਸੀਂ ਜਿਹੜਾ ਉਹਨੂੰ ਵੀ ਤੁਸੀਂ ਬਾਹਰ ਨਿਕਾਲ ਲੈਣਾ। ਇਹ ਦੇਖੋ ਸਾਡਾ ਕਾਲਰ ਜਿਹੜਾ ਇਹ ਸਾਡਾ ਬਣ ਗਿਆ। ਇਹ ਦੇਖੋ ਸਾਡਾ ਕਾਲਰ ਜਿਹੜਾ ਬਣ ਕੇ ਰੈਡੀ ਹੋ ਗਿਆ। ਹੁਣ ਅਸੀਂ ਇਹ ਜਿਹੜੀ ਸੈਂਟਰ ਦੇ ਵਿੱਚ ਸਿਲਾਈ ਹੈ ਬੈਨ ਦੀ ਇਹਨੂੰ ਇੱਕ ਫਿਨਿਸ਼ਿੰਗ ਦੀ ਸਿਲਾਈ ਦੇ ਦੇਣੀ ਹੈ ਔਰ ਉਸ ਤੋਂ ਬਾਅਦ ਇਹ ਵਾਲੇ ਹਿੱਸੇ ਨੂੰ ਅਸੀਂ ਗਲੇ ਦੇ ਨਾਲ ਅਟੈਚ ਕਰਨਾ ਅਤੇ ਸਾਡਾ ਜਿਹੜਾ ਕਾਲਰ ਵੀ ਜਿਹੜਾ ਕੁੜਤੇ ਦੇ ਨਾਲ ਪੂਰੀ ਤਰ੍ਹਾਂ ਅਟੈਚ ਹੋ ਜਾਏਗਾ। ਹੁਣ ਇਹਦੀ ਫਿਨਿਸ਼ਿੰਗ ਦੀ ਪਹਿਲੇ ਸਿਲਾਈ ਤੁਸੀਂ ਦੇਖੋ ਮੈਂ ਲਗਾਉਣੀ ਦੱਸ ਰਹੀ ਹਾਂ ਕਿ ਸੈਂਟਰ ਦੇ ਵਿੱਚ ਸੈਂਟਰ 'ਚ ਸਿਲਾਈ ਦਿੰਦੇ ਹੋਏ ਪੂਰੀ ਤਰ੍ਹਾਂ ਤੁਸੀਂ ਇਹਨੂੰ ਕੰਪਲੀਟ ਕਰ ਦੇਣਾ। ਸਾਡਾ ਜਿਹੜਾ ਕਾਲਰ ਔਰ ਬੈਨ ਬੜੇ ਵਧੀਆ ਤਰੀਕੇ ਦੇ ਨਾਲ ਦੇਖੋ ਸਾਡਾ ਕਾਲਰ ਜਿਹੜਾ ਹੁਣ ਬਣ ਕੇ ਬਿਲਕੁਲ ਰੈਡੀ ਹੋ ਗਿਆ ਅਤੇ ਇਸ ਨੂੰ ਅਸੀਂ ਪ੍ਰੈੱਸ ਕਰਕੇ ਇੱਕ ਵਾਰੀ ਕੱਪੜੇ ਦੇ ਨਾਲ ਪ੍ਰੈੱਸ ਕਰਕੇ ਕਾਲਰ ਤਿਆਰ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਗਲੇ ਦੇ ਨਾਲ ਅਟੈਚ ਕਰ ਦੇਣਾ। ਹੁਣ ਅਸੀਂ ਕਾਲਰ ਨੂੰ ਅਟੈਚ ਕਰਨ ਵਾਸਤੇ ਪਹਿਲੇ ਕਾਲਰ ਗਲੇ ਨੂੰ ਵੀ ਸੈਂਟਰ 'ਚ ਬਰਾਬਰ ਦੋਵਾਂ ਹਿੱਸਿਆਂ ਨੂੰ ਕਰਕੇ ਔਰ ਕਾਲਰ ਨੂੰ ਵੀ ਬਰਾਬਰ ਕਰਕੇ ਦੋਵਾਂ ਨੂੰ ਅਸੀਂ ਅਟੈਚ ਕਰ ਲੈਣਾ। ਉਸ ਤੋਂ ਬਾਅਦ ਬਰਾਬਰ ਕਰਨ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਕਾਲਰ ਨੂੰ ਗਲੇ ਦੇ ਨਾਲ ਅਟੈਚ ਕਰਨਾ ਹੈ ਔਰ ਇਸ ਤਰ੍ਹਾਂ ਅਟੈਚ ਕਰਦੇ ਹੋਏ ਅਸੀਂ ਸਾਰਾ ਕਾਲਰ ਜਿਹੜਾ ਗਲੇ ਦੇ ਨਾਲ ਲਗਾ ਲੈਣਾ ਹੈ। ਹੁਣ ਦੇਖੋ ਅਟੈਚ ਕਰਨ ਲਈ ਅਸੀਂ ਬਿਲਕੁਲ ਸਫਾਈ ਦੇ ਨਾਲ ਬਿਲਕੁਲ ਜਿਹੜਾ ਹੈ ਸਟਾਰਟ ਕਰਨਾ ਹੈ ਕਾਲਰ ਲਗਾਉਣਾ ਤਾਂ ਕਿ ਜਿਹੜਾ ਕੋਈ ਵੀ ਕੱਪੜਾ ਜਾਂ ਕਾਲਰ ਦਾ ਕੋਈ ਵੀ ਹਿੱਸਾ ਜਿਹੜਾ ਹੈ ਉਹ ਅੱਗੇ ਪਿੱਛੇ ਨਾ ਹੋਵੇ। ਇਸ ਤਰ੍ਹਾਂ ਹੀ ਲਗਾਉਂਦੇ ਹੋਏ ਜਿਹੜਾ ਅਸੀਂ ਪੂਰਾ ਗਲੇ ਦੇ ਨਾਲ ਕਾਲਰ ਨੂੰ ਅਟੈਚ ਕਰ ਲੈਣਾ। ਇਹ ਗਲਾ ਜਿਹੜਾ ਹੈ ਉਹਨੂੰ ਦੋਵਾਂ ਪੀਸਾਂ ਨੂੰ ਆਪਸ 'ਚ ਅਟੈਚ ਕਰਨ ਲਈ ਮਸ਼ੀਨ ਦੀ ਸਹਾਇਤਾ ਨਾਲ ਇਹਨੂੰ ਅਟੈਚ ਕਰਾਂਗੇ ਔਰ ਧਿਆਨ ਰੱਖਣਾ ਕਿ ਦੋਵਾਂ ਨੂੰ ਮਾਪ ਲੈਣਾ। ਇਸ ਤਰ੍ਹਾਂ ਹੀ ਤਿਆਰ ਕਰਦੇ ਕਰਦੇ ਸਾਰੀ ਸਿਲਾਈ ਤੁਸੀਂ ਲਗਾ ਲੈਣੀ ਹੈ।
ਇਹ ਦੇਖੋ ਕੋਲਰ ਦਾ ਜਿਹੜਾ ਸਾਡਾ ਇੱਕ ਹਿੱਸਾ ਆ ਪਿਛਲੇ ਵਾਲਾ ਉਹ ਗਲੇ ਦੇ ਨਾਲ ਅਸੀਂ ਅਟੈਚ ਕਰ ਲਿਆ। ਬੈਂਡ ਦਾ ਇੱਕ ਹਿੱਸਾ ਅਲੱਗ ਹੈ। ਹੁਣ ਇਹਦੀ ਫਿਨਿਸ਼ਿੰਗ ਕਰਨ ਲਈ ਅਸੀਂ ਇਹਦੇ ਦੋਨੋਂ ਇਹਨੂੰ ਪੱਕਾ ਕਰਨ ਵਾਸਤੇ ਬੈਂਡ ਨੂੰ ਇਹ ਸਿਲਾਈਆਂ ਦੇ ਨਾਲ ਅਸੀਂ ਪੂਰਾ ਕਰਕੇ ਸਿਲਾਈ ਲਗਾ ਦੇਣੀ ਫਿਨਿਸ਼ਿੰਗ ਦੀ, ਤਾਂ ਕਿ ਜਿਹੜਾ ਸਾਡਾ ਕੋਲਰ ਹੈ ਅਟੈਚ ਹੋ ਜਾਏ। ਸਟਾਰਟ ਕਰਨਾ ਬੈਂਡ ਤੋਂ ਔਰ ਇਹਦੇ ਨਾਲ ਨਾਲ ਕਿਨਾਰੇ 'ਤੇ ਕੱਪੜੇ ਦੇ ਵੱਟ ਸਾਰੇ ਕੱਢ ਕੇ ਜਿਹੜੀ ਸਿਲਾਈ ਹੈ ਗਲੇ ਦੀ ਲਗਾਈ ਉਹ ਸਾਰੀ ਕਵਰ ਕਰਦੇ ਹੋਏ ਅਸੀਂ ਕੋਲਰ ਦੀ ਸਿਲਾਈ ਲਗਾਉਣੀ ਹੈ। ਅਤੇ ਨਾਲ ਨਾਲ ਹੀ ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਕਿ ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਬੈੱਲ ਆਈਕੋਨ ਦਾ ਬਟਨ ਦਬਾਓ, ਤਾਂ ਕਿ ਮੇਰੇ ਆਉਣ ਵਾਲੀ ਹੋਰ ਵੀਡੀਓਜ਼ ਦੇ ਜਿਹੜੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ। ਸਾਡਾ ਕੋਲਰ ਜਿਹੜਾ ਗਲੇ ਦੇ ਨਾਲ ਪੂਰੀ ਤਰ੍ਹਾਂ ਅਟੈਚ ਹੋ ਗਿਆ। ਹੁਣ ਅਸੀਂ ਇਹਨੂੰ ਪ੍ਰੈਸ ਕਰ ਲਾਂਗੇ। ਕਾਲਰ ਜਿਹੜਾ ਹੈ ਲਗਾ ਲਿਆ ਹੈ ਪੂਰਾ ਔਰ ਇਸ ਤੋਂ ਬਾਅਦ ਇਹਨੂੰ ਫਿਨਿਸ਼ਿੰਗ ਕਰਨ ਲਈ ਅਸੀਂ ਪ੍ਰੈਸ ਕਰ ਰਹੇ ਹਾਂ। ਇਹ ਦੇਖੋ ਪੂਰਾ ਕੋਲਰ, ਇਹ ਉਹਦਾ ਬੈਨ ਸਿਲਾਈਆਂ ਦੇ ਨਾਲ, ਇਹ ਦੇਖੋ ਸਾਰਾ ਅਟੈਚ ਕਰ ਲਿਆ ਅਸੀਂ ਕੁੜਤੇ ਨੂੰ। ਅਤੇ ਇਹ ਜਦੋਂ ਅਸੀਂ ਬਟਨ ਲਗਾਵਾਂਗੇ ਇਹ ਜਿਹੜੀ ਕੋਲਰ ਸਾਡੇ ਦੀ ਜਿਹੜੀ ਸ਼ੇਪ ਹੈ ਇਹ ਇਸ ਤਰ੍ਹਾਂ ਆ ਜਾਏਗੀ। ਇਹ ਸਾਡਾ ਕੋਲਰ ਜਿਹੜਾ ਹੈ ਤਿਆਰ ਹੋ ਗਿਆ। ਨੈਕ ਲਾਈਨ ਜਿਹੜੀ ਕੁੜਤੇ ਦੀ ਉਹ ਬੇਸਿਕ ਹੁੰਦੀ ਹੈ ਜਿੱਥੇ ਹਰ ਕਿਸੇ ਦੀ ਨਿਗਾਹ ਜਾਂਦੀ ਹੈ। ਕੋਲਰ ਜਿਹੜਾ ਹੈ ਉਹਦਾ ਕਫ, ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਬਿਲਕੁਲ ਸਹੀ ਤਰੀਕੇ ਨਾਲ ਅਟੈਚ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਕੋਈ ਵੀ ਭੁੰਗ ਜਾਂ ਕਿਸੇ ਕਿਸਮ ਦਾ ਵੀ ਕੋਈ ਵਲ ਨਹੀਂ ਆਉਣਾ ਚਾਹੀਦਾ। ਇਹ ਦੇਖੋ ਕਫ ਵੀ ਅਸੀਂ ਲਗਾ ਲਿਆ ਅਤੇ ਕੋਲਰ ਵੀ ਅਸੀਂ ਕੁੜਤੇ ਨਾਲ ਅਟੈਚ ਕਰ ਲਏ। ਹੁਣ ਅਸੀਂ ਸਾਈਡ ਵਾਲੀ ਜਿਹੜੀ ਜੇਬ ਲੱਗਣੀ ਹੈ ਕੁੜਤੇ ਨੂੰ ਉਹ ਤਿਆਰ ਕਰ ਰਹੇ ਹਾਂ। ਉਹਦੀ ਜਿਹੜੀ ਥੈਲੀ ਬਣਾ ਰਹੇ ਹਾਂ ਸਾਈਡਾਂ ਤੋਂ ਸਿਲਾਈ ਲਗਾ ਕੇ। ਅਤੇ ਜਿਹੜਾ ਹਿੱਸਾ ਅਸੀਂ ਕੁੜਤੇ ਨਾਲ ਜੋੜਨਾ ਹੈ ਉੱਥੋਂ ਅਸੀਂ 2 ਪੈਰ ਦਾ ਜਿਹੜਾ ਡਿਸਟੈਂਸ ਛੱਡ ਦੇਣਾ। ਇਹ ਦੇਖੋ ਸਾਡੀ ਸਾਈਡ ਪੋਕਿਟ ਜਿਹੜੀ ਹੈ ਤਿਆਰ ਹੋ ਗਈ ਹੈ, ਜਿਹਨੂੰ ਅਸੀਂ ਹੁਣ ਕੁੜਤੇ ਦੀ ਸਾਈਡ ਵਾਲੀ ਜੇਬ 'ਤੇ ਲਗਾ ਲੈਣਾ। ਇਹ ਗੁੱਥਲੀ ਉਹਦੀ ਥੈਲੀ ਬਣ ਗਈ ਹੈ ਅਤੇ ਇਸ ਹਿੱਸੇ ਨੂੰ ਅਸੀਂ ਕੁੜਤੇ ਦੇ ਨਾਲ ਅਟੈਚ ਕਰਨਾ ਹੈ। ਆਓ ਹੁਣ ਤੁਹਾਨੂੰ ਅਟੈਚ ਕਰਨਾ ਦੱਸਦੀ ਹਾਂ। ਇਹ ਦੇਖੋ ਕੁੜਤੇ ਦੇ ਵਿੱਚ ਅਸੀਂ ਸਟਿੱਚ ਕਰਨ ਤੋਂ ਪਹਿਲਾਂ ਸਾਈਡ ਦੀ ਸਿਲਾਈ ਦੇਣ ਤੋਂ ਪਹਿਲਾਂ ਜਿਹੜਾ ਸਾਈਡ ਦੀ ਜੇਬ ਲੱਗਣੀ ਉਹਦੇ ਲਈ ਅਸੀਂ ਰਸਤਾ ਪਹਿਲਾਂ ਰੱਖਿਆ ਹੋਇਆ। ਹੁਣ ਅਸੀਂ ਇਹਨੂੰ ਸਿਲਾਈ ਦੇ ਨਾਲ ਪਹਿਲੇ ਇਹਦੀ ਪੱਕਾ ਕਰ ਲਾਂਗੇ ਅਤੇ ਫਿਰ ਇਹਦੇ ਨਾਲ ਹੀ ਅਸੀਂ ਜਿਹੜੀ ਹੈ ਪੋਕਿਟ ਨੂੰ ਅਟੈਚ ਕਰਾਂਗੇ। ਇਹ ਪੋਕਿਟ ਦੀ ਸਿਲਾਈ ਮੈਂ ਤੁਹਾਨੂੰ ਦਿਖਾ ਰਹੀ ਹਾਂ। ਇਹਨੂੰ ਫੋਲਡ ਕਰਕੇ ਤੁਸੀਂ ਜਿਹੜਾ ਰਸਤਾ ਬਣਾਉਣਾ ਹੈ ਸਾਈਡ ਪੋਕਿਟ ਦਾ ਉਹ ਅਸੀਂ ਤਿਆਰ ਕਰ ਰਹੇ ਹਾਂ। ਦੇਖੋ ਪੋਕਿਟ ਦਾ ਅਸੀਂ ਰਸਤਾ ਜਿਹੜਾ ਬਣਾਇਆ ਜੇਬ ਵਾਸਤੇ ਹੱਥ ਪੈਣ ਨੂੰ, ਇਹ ਦੋਨੋਂ ਸਾਈਡਾਂ ਤੋਂ ਅਸੀਂ ਸਿਲਾਈ ਕਰਕੇ ਤਿਆਰ ਕਰ ਲਿਆ। ਹੁਣ ਇਹਦੇ ਨਾਲ ਅਸੀਂ ਜਿਹੜੀ ਪੋਕਿਟ ਹੈ ਉਹਨੂੰ ਅਟੈਚ ਕਰਨਾ। ਸਾਈਡ ਜੇਬ 'ਤੇ ਅਸੀਂ ਗੁੱਥਲੀ ਜਿਹੜੀ ਹੁਣ ਅਟੈਚ ਕਰਨੀ ਹੈ। ਪਹਿਲੇ ਅਸੀਂ ਗੁੱਥਲੀ ਦਾ ਸੈਂਟਰ ਕਰਕੇ ਉਹਨੂੰ ਸੈਂਟਰ ਦੇ ਵਿੱਚ ਟੱਕ ਲਗਾ ਦੇਣਾ, ਤਾਂ ਕਿ ਜਿਹੜਾ ਜੇਬ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਬਿਲਕੁਲ ਸੈਂਟਰ ਦੇ ਵਿੱਚ ਲੱਗੇ। ਔਰ ਹੁਣ ਅਸੀਂ ਇਹਦੇ ਨਾਲ ਸਿਲਾਈ ਲਗਾਉਣੀ ਹੈ ਇਹਨੂੰ ਅਟੈਚ ਕਰਨ ਵਾਸਤੇ। ਜਿਹੜੀ ਅਸੀਂ ਸਾਈਡ ਪੋਕਿਟ ਲਗਾਉਣੀ ਹੈ ਉਹਦੇ ਅਸੀਂ ਜਿਹੜਾ ਰਸਤਾ ਛੱਡਿਆ ਸੀ ਉਹਨੂੰ ਪਹਿਲਾਂ ਅਸੀਂ ਕੱਚਾ ਕਰਕੇ ਆਪਸ 'ਚ ਜੋੜ ਲਿਆ, ਤਾਂ ਕਿ ਖਿਲਰੇ ਨਾ, ਜਿਹਦੇ ਨਾਲ ਸਾਡੀ ਜਿਹੜੀ ਫਿਨਿਸ਼ਿੰਗ ਹੈ ਉਹ ਪੂਰੀ ਬਰਕਰਾਰ ਰਹੇ। ਉਸ ਤੋਂ ਬਾਅਦ ਪੋਕਿਟ ਨੂੰ ਲਗਾਉਣ ਲਈ ਤੁਸੀਂ ਪਿਨਅਪ ਵੀ ਕਰ ਸਕਦੇ ਹੋ ਔਰ ਕੱਚਾ ਵੀ ਕਰ ਸਕਦੇ ਹੋ। ਕੱਚਾ ਕਰਕੇ ਤੁਸੀਂ ਇਹਦੇ 'ਤੇ ਮਸ਼ੀਨ ਨਾਲ ਸਿਲਾਈ ਲਗਾ ਦੇਣੀ। ਸਾਡੀ ਸਾਈਡ ਵਾਲੀ ਜੇਬ ਜਿਹੜੀ ਹੈ ਤਿਆਰ ਹੋ ਗਈ ਹੈ। ਇਹਨੂੰ ਅਸੀਂ ਪੋਕਿਟਸ ਦੇਖੋ ਤਿਆਰ ਹੋ ਗਈ ਹੈ। ਇਹ ਪੋਕਿਟ ਦੀ ਜਿਹੜੀ ਥੈਲੀ ਹੈ ਜਿੱਥੇ ਅਸੀਂ ਪੈਸੇ ਪਾਉਣੇ ਹੈ, ਆਪਣਾ ਮੋਬਾਈਲ ਫੋਨ ਪਾਉਣਾ ਹੈ, ਇਹ ਸਾਰੀ ਦੇਖੋ ਬਣ ਕੇ ਤਿਆਰ ਹੋ ਗਈ ਹੈ। ਇਸ ਤੋਂ ਬਾਅਦ ਇਹਨੂੰ ਪ੍ਰੈਸ ਕਰਕੇ ਪੂਰੀ ਤਰ੍ਹਾਂ ਫਿਨਿਸ਼ਿੰਗ ਕਰ ਦੇਣਾ ਹੈ। ਔਰ ਜਿਹੜੇ ਅਸੀਂ ਵਿੱਚ ਟਾਂਕੇ ਲਗਾਏ ਸੀ ਕੱਚਾ ਕਰਨ ਲਈ ਉਸ ਟਾਂਕਿਆਂ ਨੂੰ ਤੁਸੀਂ ਉਧੇੜ ਦੇਣਾ। ਅਤੇ ਹੁਣ ਇਹ ਦੇਖੋ
पूरा हाथ पा के ताड़ी जिहड़ी पॉकेट है जिहड़ी असीं थैली बनाई है उहदे विच तुसीं अपना समान जिहड़ा है जरूरी वह पॉकेट पा सकते हो। चल हाँ जी स्टूडेंट हुण तुसीं कुर्ते की सारी जानकारी लै ली, सारे भागां दे दा मैं तुहानूं पूरी तरह वेरवा दिता है कि कॉलर कफ तीरा सारा कुछ किस तरह बनना है। इसे तरह साढ़े कुर्ता तैयार हो गया, बटन लगा दिते आ। अंत विच मैं फिर कह रही हाँ मेरी वीडियो नूं लाइक करो, सबसक्राइब करो, बैल आइकन का बटन दबाओ